ਪ੍ਰੋਗਰਾਮ ਹੈ ਸਰ ਕਰਾਉਣ ਦਾ ਗੇਟ ਤੇ ਆ ਜਾਓ ਬੈਠ ਕੇ ਚਲੀਏ ਹਾਂ ਬੈਠ ਕੇ ਆ ਜਾਓ ਪੱਕਾ ਨਾਲ ਤੇ ਗੱਲ ਕਰਨ ਦੇ ਲਈ ਆ ਹੁਣ ਮੁਕਾ ਦੇਈ ਦੁਪਹਿਰ ਲੱਗੀ ਆ ਲੋ ਜੀ ਪਾਰਟੀ ਗਈ ਆ ਟਰੈਕਟਰ ਨਾਲ ਚੈੱਕ ਕਰ ਲਿਆ ਅੰਦਰ ਬਹਿਣ ਲੱਗੇ ਆ ਆਹ ਪਿੱਛੋਂ ਜਿਹੜਾ ਲਿਬੜਿਆ ਜਾਂ ਲੈਵਲ ਦੀ ਵਜ੍ਹਾ ਤੋਂ ਲਿਬੜਿਆ ਅਸੈਂਬਲੀ ਦਾ ਤੇ ਰੋਡ ਰੋਡ ਕੇ ਨਾ ਇਸ ਵਜ੍ਹਾ ਤੋਂ ਲਿਬੜਿਆ ਸੀ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ 23 ਮਾਡਲ 85 ਆ ਪਾਰਟੀ ਲੱਗੀ ਆ ਵੇਖਦੇ ਕਿੰਨੇ ਦਾ ਕੀ ਰੇਟ ਲੱਗਦਾ ਇਹਦਾ ਅਤੇ ਫਾਈਨਲ ਕਿੱਥੇ ਹੁੰਦਾ ਕਲੱਚ ਜੋਰ ਖੁੱਲ੍ਹਾ ਅਤੇ ਇੱਕ ਐਵੇਂ ਨਾ ਪਿੱਛੋਂ ਤੇਲ ਤੂਰ ਰੁੜਿਆ ਗੰਦਾ ਹੋਇਆ ਟਰੈਕਟਰ ਇੱਕ ਆ ਲਿਫਟੀ ਪੰਪ ਇਹਦਾ ਚੇਂਜ ਬਾਕੀ ਟਰੈਕਟਰ ਪੂਰੇ ਦਾ ਪੂਰਾ 665 ਘੰਟੇ ਚੱਲਿਆ ਅਤੇ ਇਸ ਟਰੈਕਟਰ ਦੀ ਮੈਂ ਜਿਹੜੀ ਡਿਮਾਂਡ ਦੱਸਾਂਗਾ ਮੈਨੂੰ ਉਮੀਦ ਕੀਤੀ ਜਾਂਦੀ ਕਿ ਤੁਹਾਨੂੰ ਬਹੁਤ ਚੰਗੀ ਲੱਗੇਗੀ ਅਜੇ ਤੱਕ ਟਰੈਕਟਰ ਪੂਰੇ ਦਾ ਪੂਰਾ ਹੋਏਗਾ ਜੇ ਕਿਸੇ ਨੇ ਖਰੀਦਣਾ ਵਾ ਕੋਈ ਜ਼ਿਮੀਂਦਾਰ ਆ ਜਾਂ ਡੀਲਰ ਆ ਜਿਹੜਾ ਦੋਨਾਂ ਦੇ ਵਿੱਚੋਂ ਹੀ ਖਰੀਦ ਸਕਦਾ ਭਾਈ ਇਹਨੂੰ ਇੰਨਾ ਕੁ ਮਕੂਲ ਰੇਟ ਹੈ ਇਹਦਾ ਇਸ ਟਰੈਕਟਰ ਦਾ ਮਕਸਦ ਤੁਹਾਨੂੰ ਇਹ ਵੀਡੀਓ ਦਿਖਾਉਣ ਦਾ ਇਹ ਹੈ ਮੇਰਾ ਵੀਰੇ ਤੇਰਾ ਕੋਈ ਟਾਈਮ ਜ਼ਾਇਆ ਕਰਨ ਦਾ ਮੇਰਾ ਮਕਸਦ ਨਹੀਂ ਵੀ ਇਹ ਟਰੈਕਟਰ ਤੈਨੂੰ ਪਤਾ ਅੱਜ ਕੱਲ੍ਹ ਮਟੀਰੀਅਲ ਹਲਕਾ ਵੀ ਆ ਰਿਹਾ ਉਸ ਜਿਹੜੇ ਜਾਣਦੇ ਆ ਬੰਦੇ ਮੈਨੂੰ ਕਈਆਂ ਗੱਲਾਂ ਦਾ ਨਹੀਂ ਸੀ ਪਤਾ ਲੇਕਿਨ ਵਿੱਚ ਵੜਿਆ ਤਾਂ ਮੈਨੂੰ ਪਤਾ ਲੱਗਾ ਬਾਕੀ ਇਸ ਕਰਕੇ ਦਿਖਾ ਰਿਹਾ ਤਾਂ ਪੇਂਟ ਓਰੀਜਨਲ ਆਪਣਾ ਹੋਏਗਾ ਨਾਟਕਾ ਔਲਾ ਇਹਦਾ ਆਪਣਾ ਹੋਏਗਾ ਜਿਹੜੀਆਂ ਇਹਦੀਆਂ ਵਿੱਚ ਬੁਰਾਈਆਂ ਨੇ ਉਹ ਤੁਹਾਨੂੰ ਮੈਂ ਦਿਖਾ ਲਈ ਜਾਣੀਆਂ ਨੇ ਝਰੀੜ ਦਾ ਨਿਸ਼ਾਨ ਵੀ ਨਹੀਂ ਹੈ ਵੀਰੇ ਇਹਦੇ ਉੱਤੇ ਮਗਰਾੜ 'ਤੇ ਕਿਸੇ ਕਿਸਮ ਦਾ ਵੀ ਅਤੇ ਜਿਹਨੇ ਲੈਣਾ ਟਰੈਕਟਰ ਉਹ ਪੱਕੀ ਗੱਲ ਕਰੇ ਆ ਕਲੱਚ ਜੋੜ ਇਹਦਾ ਖੁੱਲ੍ਹਾ ਵਾ ਬੈਰਿੰਗ ਪਵਾਇਆ ਕਿਤੇ ਇਹਨਾਂ ਲਓ ਜੀ ਜਿੰਨਾ ਕੁ ਚੱਲਿਆ ਉਹ ਚੈੱਕ ਕਰ ਲਓ ਛੇ ਸੌ 65 ਘੰਟੇ ਚੱਲ ਗਿਆ ਜੀ ਰੰਗ ਤਕਰੀਬਨ 15 ਨੇ ਤੁਸੀਂ ਕਹਿ ਸਕਦੇ ਜੇ ਸਿਰਫ ਇਹਨੂੰ ਨਾ ਮਾਲਿਸ਼ ਮੁਲਿਸ਼ ਨਹੀਂ ਆਈ ਹੋਈ ਧੋਤਾ ਬਣਾਇਆ ਨਹੀਂ ਇਹਨਾਂ ਉਸ ਤਰ੍ਹਾਂ ਚਾਪਰ ਜੋਂ ਚਲਾਈ ਮੁੜ ਕੇ ਵੱਢ ਛੱਡ ਪੁੱਟਣ ਲੱਗ ਪਏ ਆਪਣੇ ਜ਼ਿਮੀਂਦਾਰਾਂ ਦਾ ਚੱਲਿਆ ਟਰੈਕਟਰ ਆ ਅਤੇ ਜ਼ਿਆਦਾਤਰ ਮੈਂ ਵੀਡੀਓ ਜ਼ਿਮੀਂਦਾਰਾਂ ਦੇ ਟਰੈਕਟਰਾਂ ਦੀ ਲਾਉਂਦਾ ਹਰ ਬੰਦਾ ਜ਼ਿਮੀਂਦਾਰ ਮੈਨੂੰ ਫੋਨ ਕਰਦਾ ਵੀ ਸਾਡਾ ਟਰੈਕਟਰ ਹੀ ਸੇਲ ਕਰਨਾ ਵਾ ਲੇਕਿਨ ਟਾਈਮ ਨਹੀਂ ਇੰਨਾ ਹੁੰਦਾ ਟਰੈਕਟਰ ਅੱਗੋਂ ਪੈਸੇ ਬਹੁਤ ਜ਼ਿਆਦਾ ਹੁੰਦੇ ਨੇ ਜਾਂ ਫਿਰ ਉਹਦੀ ਸਹੀ ਹੁੰਦੀ ਨਹੀਂ ਜ਼ਿਆਦਾ ਕਈ ਸ਼ੌਕ ਨਾਲ ਬੰਦੇ ਨਾ ਵੀਡੀਓ ਲਵਾਉਣ ਡਿਆ ਬੰਦੇ ਲੇਕਿਨ ਮੈਂ ਉਸ ਟਰੈਕਟਰ ਦੀ ਵੀਡੀਓ ਲਾਉਂਦਾ ਜਿਹੜੀ ਵਾਕਈ ਵੀ ਰੀਸੇਲ ਹੋਣ ਵਾਲਾ ਜਾਂ ਫਿਰ ਮਾਲਕਾਂ ਦਾ ਨੰਬਰ ਦੇ ਦੇਣਾ ਉਹਦੇ ਨਾਲ ਤੁਸੀਂ ਆਪ ਖੁਦ ਰਾਬਤਾ ਕਰ ਲਿਆ ਕਰਨਾ ਇਹ ਟਰੈਕਟਰ ਦੀ ਲੁੱਕ ਆ ਪੂਰੀ ਪੂਰੀ ਜਿੱਦਾਂ ਜ਼ੀਰੋ ਲੈਣ ਜਾਣਾ ਉਸੇ ਤਰੀਕੇ ਨਾਲ ਟਰੈਕਟਰ ਆ ਬਾਹਰ ਦੇਖ ਲਓ ਜੀ ਹਜੇ ਤੱਕ ਕਿਸੇ ਕਿਸਮ ਦਾ ਸੰਗਲ ਪਾ ਕੇ ਕੋਈ ਖਿੱਚ ਧੂ ਨਹੀਂ ਇਹਨਾਂ ਕੀਤੀ ਪੂਰੇ ਜੋੜ ਜੱਕੇ 'ਚ ਖੜਾ ਜਾਲੀ ਹਜੇ ਤੱਕ ਬਿਲਕੁਲ ਬਿਹਤਰੀਨ ਕੁਛ ਲਾਈਟਾਂ ਹੈੱਡ ਲਾਈਟਾਂ ਇਹਦੀਆਂ ਬਿਲਕੁਲ ਸਫਾਈ ਦੇ ਵਿੱਚ ਆ ਸ਼ੋ ਵੇਖ ਲਓ ਜੀ ਕਾਂਡੇ ਦੀ ਬਿਲਕੁਲ ਸ਼ੀਸ਼ੇ ਵਾਂਗੂ ਚਮਕਦੀ ਆ ਅਤੇ ਸੁੱਕਾ ਖਨੋੜ ਤਾਂ ਨਾ ਟਰੈਕਟਰ ਆ ਇੱਧਰ ਦਾ ਟਾਇਰ ਚੈੱਕ ਕਰ ਲਓ ਟਾਇਰ ਵੀ ਇੱਕੋ ਜਿਹੇ ਹੋਣਗੇ ਦੋਨੋਂ
ਜੀ ਆਇਆ ਦੀ ਪੂਰੀ ਲੋਕਾਂ ਵੀ ਕਿਸ ਤਰ੍ਹਾਂ ਦਾ ਲੱਗਦਾ ਟਰੈਕਟਰ। ਜਿੰਨੇ ਪੈਸੇ ਖਰਚਣੇ ਉਹਨੇ ਕੱਦੂ ਜੀ ਵਾੜਨਾ, ਉਹਨੇ ਚਾਪਰ ਵੀ ਚਲਾਉਣੀ। ਕਈ ਬੰਦੇ ਬਹੁਤਾ ਜ਼ਿਆਦਾ ਪੁੱਛਦੇ ਨੇ ਕੀ ਇਹਨੇ ਚਲਾਇਆ। ਵੀਰੇ ਜਿੰਨੇ ਪੈਸੇ ਤੁਸੀਂ ਭਰਨੇ ਆ ਜਾਂ ਕਿਸੇ ਹੋਰ ਨੇ ਭਰਨੇ, ਜਾਂ ਅਸੀਂ ਲੈਣਾ ਟਰੈਕਟਰ, ਅਸੀਂ ਵਾਹੁਣ ਵਾਸਤੇ ਲੈਣਾ ਗੋਡਿਆਂ ਦੇ ਥੋੜ੍ਹਾ ਲਾਉਣਾ। ਇਸ ਤਰੀਕੇ ਨਾਲ ਜ਼ਿਮੀਦਾਰਾਂ ਦੇ ਟਰੈਕਟਰ ਹੁੰਦੇ ਨੇ, ਇਹਨਾਂ ਚਲਾਉਣੇ ਤਾਂ ਹੈ ਨਾ, ਉੱਥੇ ਚਲਾਉਣ ਸਿੱਧੇ ਚਲਾਉਣ। ਇਹ ਟਰੈਕਟਰ ਹੁਣ ਭਾਈ ਮਿਲੇਗਾ ਤੁਹਾਨੂੰ ਕਿੰਨੇ ਦੱਸੀਏ ਜੀ, ਫਾਈਨਲ 30 ਲੱਖ ਰੁਪਈਆ ਕਰ ਦਈਏ। ਹੈਂ ਕਰ ਦੇ, ਹੈਂ ਠੀਕ, ਕਮੀ ਪੇਸ਼ੀ ਕਰ ਲਓ। ਫਿਰ ਕਰ ਲਾਂਗੇ, ਹੈਂ ਕਰ ਲਾਂਗੇ। 30 ਲੱਖ ਰੁਪਈਆ ਦੀ ਡਿਮਾਂਡ ਆ, ਕਮੀ ਪੇਸ਼ੀ ਰੱਜ ਕੇ ਕਰਾਂਗੇ ਇਨਸ਼ਾਅੱਲਾ। ਵਿਕਣਾ ਇਹਨੇ ਆਪਣੇ ਮਲ ਮੋਲ ਆ ਵੀ ਅਸੀਂ ਮੰਗ ਲਿਆ ਅਤੇ ਤੁਸੀਂ ਦੇ ਨਹੀਂ ਦਿੱਤੇ। ਹੁਣ ਜਿਹਨੇ ਸੌਦਾ ਕਰਨਾ ਬੰਦੇ ਨੇ ਉਹ ਫੋਨ ਕਰਦੇ, ਰਾਬਤਾ ਨੰਬਰ ਹੈਗਾ 0313, ਨੋਟ ਕਰ ਲਓ 0313-7031-608। ਇਹ ਨੰਬਰ ਆ ਜੀ, ਇੱਥੇ ਰਾਬਤਾ ਕਰਕੇ ਤੁਸੀਂ ਸੌਦਾ ਕਰ ਸਕਦੇ ਜੀ। ਟਰੈਕਟਰ ਤੁਸੀਂ ਚੈੱਕ ਕਰ ਲਿਆ ਵਾ, 30 ਲੱਖ ਰੁਪਈਆ ਸਾਡੀ ਡਿਮਾਂਡ ਆ। ਅਗਰ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਸਾਡੇ ਨਾਲ ਪੱਕਾ ਮੁੱਲ ਕਰਕੇ ਆ ਸਕਦਾ। ਜ਼ਿਲ੍ਹਾ ਹੈਗਾ ਸ਼ੇਪੁਰਾ, ਤਹਿਸੀਲ ਮੰਡੀ ਢਾਬਾ ਸਦਰਾਬਾਦ ਦੀ। ਮਾਲਕਾਂ ਦੇ ਤੁਹਾਡੇ ਹੱਥ ਇੱਕੋ ਚੱਲਿਆ ਨਾ, ਇੱਕੋ ਹੱਥ ਚੱਲਿਆ, ਆਹ ਤੁਹਾਡੇ ਨਾਂ ਦੇ, ਇਹਨਾਂ ਦੇ ਨਾਂ 'ਤੇ ਹੋਏਗਾ ਟਰੈਕਟਰ, ਪਹਿਲੇ ਹੀ ਮਾਲਕ ਹੋਣਗੇ। ਲਓ ਜੀ, ਜਿਹੜਾ ਇੱਕ ਕਲੱਚ ਜੋੜ ਖੁੱਲ੍ਹਾ, ਹੋਰ ਕੋਈ ਸ਼ੈਲੀਆਂ ਦੀ ਖੁੱਲ੍ਹੀ, ਬੰਦ ਟਰੈਕਟਰ। ਅਗਰ ਕਿਸੇ ਦੀ ਸਮਝ 'ਚ ਆਉਂਦਾ ਤਾਂ ਰਾਬਤਾ ਕਰਕੇ ਆ ਜਾਓ।